ਭਾਰਤੀ ਸੀਮਾ ਸੁਰੱਖਿਆ ਬਲ ਵੱਲੋਂ ਗੁਜਰਾਤ ਤੋਂ ਵੁਮਨ ਕੈਮਲ ਸਫਾਰੀ ਯਾਤਰਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਨੇਤਰਤਵ ਸੀਮਾ ਸੁਰੱਖਿਆ ਬਲ ਅਤੇ ਵਾਯੂ ਸੈਨਾ ਦੀ 20 ਜਬਾਜ਼ ਮਹਿਲਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਜਿੱਥੇ ਇਸ ਕੈਮਲ ਸਵਾਰੀ ਯਾਤਰਾ ਨੇ ਰਾਜਸਥਾਨ ਦੇ ਰਸਤੇ ਪੰਜਾਬ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਰਾਜਸਥਾਨ ਪੰਜਾਬ 'ਚ ਪੈਂਦੇ ਪਿੰਡ ਹਿੰਦੂ ਮਲਕੋਟ ਦੇ ਬੈਕਨਵਾਲਾ ਬਾਰਡਰ ਸੀਮਾ ਵਿੱਚ ਪ੍ਰਵੇਸ਼ ਕਰਨ 'ਤੇ ਸੀਮਾ ਸੁਰੱਖਿਆ ਬਲ ਅਤੇ ਵਾਯੂ ਸੈਨਾ ਦੀ 20 ਸਾਹਸੀ ਮਹਿਲਾ ਅਧਿਕਾਰੀਆਂ ਵੱਲੋਂ ਨਿਕਾਲੀ ਜਾ ਰਹੀ ਊਂਟ ਦੀ ਸਵਾਰੀ ਦਾ ਪੰਜਾਬ ਰਾਜਸਥਾਨ ਦੀ ਹੱਥ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਾਡਾ ਲੀਡਰ ਅਨੁਸ਼ਕਾ ਲੋਮਸ ਹੈ ਔਰ ਹਮ ਇਹ ਜੁਆਇੰਟ BSF ਔਰ IAF ਕੀ ਕੈਮਲ ਐਕਸਪੀਡੀਸ਼ਨ ਹਮਨੇ ਨਿਕਾਲੀ ਹੈ ਜੋ ਕਿ ਬਾੜਮੇਰ ਕੇ ਆਦਰਸ਼ ਸਟੇਡੀਅਮ ਸੇ 15 ਅਗਸਤ 2017 ਕੋ ਸ਼ੁਰੂ ਹੋਈ ਥੀ ਔਰ ਕਰੀਬ 1368 ਕਿਲੋਮੀਟਰ ਕੀ ਦੂਰੀ ਤੈਅ ਕਰਕੇ ਹਮ 2 ਅਕਤੂਬਰ 2017 ਕੋ ਵਾਗਾ ਪਹੁੰਚੇਂਗੇ ਜਹਾਂ ਇਸਕਾ ਅੰਤ ਹੋ। ਇਸਕਾ ਮੇਨ ਉਦੇਸ਼ ਜੋ ਹੈ ਵੋ ਬੇਟੀ ਬਚਾਓ ਬੇਟੀ ਪੜ੍ਹਾਓ ਹੈ ਜੋ ਮੋਦੀ ਹਮਾਰੇ ਮਾਨਨੀਯ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੇ ਇੱਕ ਮਾਰਗਦਰਸ਼ਨ ਕਿਆ ਇੱਕ ਰਾਹ ਦਿਖਾਈ ਹੈ ਕਿ ਬੇਟੀ ਕੋ ਬਚਾਨਾ ਔਰ ਬੇਟੀ ਕੋ ਪੜ੍ਹਾਨੇ ਕਾ ਕਿਆ ਮਹੱਤਵ ਹੈ ਤੋ ਉਸੀ ਕੋ ਇੱਕ ਥੀਮ ਲੈ ਕੇ ਹਮ ਇਹ ਛੋਟੀ ਛੋਟੀ ਧਾਨੀਓਂ ਛੋਟੇ ਛੋਟੇ ਗਾਓਂ ਛੋਟੀ ਛੋਟੀ ਐਸੇ ਸੀਮਾਵਰਤੀ ਇਲਾਕੋਂ ਮੇ ਜਾ ਰਹੇ ਹੈ ਜਹਾਂ ਪੇ ਮੀਨਸ ਆਫ ਕਮਿਊਨੀਕੇਸ਼ਨ ਯਾ ਸੰਚਾਰ ਕੇ ਕਮ ਸਾਧਨ ਹੈ ਤੋ ਵਹਾਂ ਜਾ ਕੇ ਹਮ ਇਹ ਇੱਕ ਸਾਕਸ਼ਰਤਾ ਲਾ ਰਹੇ ਹੈ ਲੋਗੋਂ ਮੇ ਕਿ ਬੇਟੀ ਕੋ ਬਚਾਨੇ ਕਾ ਔਰ ਸਬਸੇ ਜ਼ਿਆਦਾ ਬੇਟੀ ਕੋ ਪੜ੍ਹਾਨੇ ਕਾ ਕਿਆ ਮਹੱਤਵ ਹੈ ਔਰ ਆਪਣੇ ਭਾਰਤ ਦੇਸ਼ ਕੋ ਸਵੱਛ ਰੱਖਣੇ ਕਾ ਕਿਆ ਮਹੱਤਵ ਹੈ। यहाँ जो महिलाएं हैं ये तकरीबन 1000 किलोमीटर चलकर आ चुकी हैं, ये सभी कैमल से बॉर्डर होते हुए आ रही हैं और ये जो हमारी बॉर्डर की रिमोट इलाके के लोग हैं उसके लिए एक प्रोत्साहन की चीज़ है, उत्साहवर्धन की चीज़ है, ख़ास करके लड़कियों के लिए कि इतनी लड़कियां बॉर्डर से होते हुए 1000 किलोमीटर तक चली हैं। यदि इनके यहाँ आने से गाँव की 10% लड़कियां भी प्रभावित होती हैं, उनके शिक्षा के तरफ उनके परवरिश के तरफ ज़्यादा ध्यान दिया जाता है तो ये जो हमारा एक्सपीडिशन है इसकी सफलता है। फाजिल का तो कैमरामैन सुरेंद्र नाल इंद्रजीत सिंह की रिपोर्ट, चैनल 2।